ਸਖਜੀਤ ਸਿੰਘ ਢਲੇਵਾਲ ਸਾਹਿਬ ਨਾਲ ਨੇ ਗੱਲਬਾਤ ਕਰਦੇ ਆ ਢਲੇਵਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਇਹੋ ਜਾਨਣਾ ਚਾਹਾਂਗੇ ਮੀਟਿੰਗਾਂ ਹੋਈਆਂ ਤੁਹਾਡੀਆਂ ਜਥੇਬੰਦੀਆਂ ਦੀਆਂ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੂੰ ਪ੍ਰਪੋਜ਼ਲ ਦਿੱਤਾ ਤੁਸੀਂ ਵੀ ਉਸ ਮੀਟਿੰਗ ਦੇ ਵਿੱਚ ਸੀ ਤੁਸੀਂ ਗੱਲਾਂ ਵੀ ਰੱਖੀਆਂ ਤਾਂ ਅੱਜ ਦੀ ਮੀਟਿੰਗ ਦਾ ਸੱਟਾ ਕੀ ਸਮਝਿਆ ਜਾਵੇ ਕਿ ਗੱਲਬਾਤ ਦਾ ਕੋਈ ਨਵਾਂ ਪ੍ਰਪੋਜ਼ਲ ਵੀ ਆਇਆ ਜਾਂ ਤੁਸੀਂ ਜਿਹੜਾ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਉਹਦਾ ਕੀ ਕੀ ਹੋਇਆ ਦੇਖੋ ਜਿਹੜਾ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਸਾਨੂੰ ਉਹਨੂੰ ਅਸੀਂ ਅੱਜ ਕੋਖਿਆ ਪਰਤਾਲਿਆ ਪਰਤਾਲਨ ਤੋਂ ਵਿੱਚੋਂ ਜੋ ਨਿਕਲਿਆ ਉਹ ਨਿਕਲਿਆ ਕਿ ਜੋ ਸਰਕਾਰ ਨੇ ਸਾਡੇ ਨਾਲ ਗੱਲਬਾਤ ਕੀਤੀ ਉਸ ਗੱਲਬਾਤ ਦੇ ਵਿੱਚ ਵਾਅਦਾ ਇਹ ਸੀ ਕਿ ਸਾਰੇ ਦੇਸ਼ ਦੇ ਕਿਸਾਨਾਂ ਦੀ ਮੂੰਗੀ ਖਰੀਦੀ ਜਾਏਗੀ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਹੋਰ ਧਾਲਾਂ ਖਰੀਦੀਆਂ ਜਾਣਗੀਆਂ ਸਾਰੇ ਦੇਸ਼ ਦੇ ਕਿਸਾਨਾਂ ਦਾ ਮੱਕਾ ਖਰੀਦਾ ਜਾਏਗਾ ਔਰ ਇੱਥੇ ਜਦੋਂ ਬਾਅਦ ਦੇ ਵਿੱਚ ਬਾਹਰ ਆ ਕੇ ਸਰਕਾਰ ਚੈਨਲ ਤੇ ਬੋਲਦੀ ਹੈ ਉੱਥੇ ਆ ਕੇ ਸਰਕਾਰ ਇਹ ਕਹਿੰਦੀ ਹੈ ਕਿ ਨਹੀਂ ਬਈ ਜੋ ਲੋਕ ਡਾਈਵਰਸੀਫਿਕੇਸ਼ਨ ਉੱਪਰ ਆਉਣਗੇ ਉਹ ਉਹਨਾਂ ਨੂੰ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਉਹਨਾਂ ਖੇਤਾਂ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਐਮ ਐਸ ਬੀ ਦੀ ਗਰੰਟੀ ਦੇਵਾਂਗੇ ਤੇ ਇਹਦਾ ਮਤਲਬ ਪੂਰੇ ਦੇਸ਼ ਦੇ ਕਿਸਾਨ ਜੋ ਪਹਿਲਾਂ ਹੀ ਮੂੰਗੀ ਬੀਜ ਰਹੇ ਹੋਣਗੇ ਉਹਨਾਂ ਲੋਕਾਂ ਦਾ ਬਹੁਤ ਵੱਡਾ ਧੋਖਾ ਹੋ ਗਿਆ ਉਹ ਤਾਂ ਉਹ ਤਾਂ ਵਿਚਾਰੇ ਫਿਰ ਰੁੱਲ ਜਾਣਗੇ ਸੋ ਇਸ ਕਰਕੇ ਇਹ ਮੰਗ ਸਾਨੂੰ ਇਹ ਲੱਗਿਆ ਕਿ ਇਹ ਪ੍ਰਪੋਜ਼ਲ ਸਾਡੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੈ ਇਹ ਸਾਡੇ ਕਿਸਾਨਾਂ ਦਾ ਕੋਈ ਫਾਇਦਾ ਕਰਦੀ ਨਜ਼ਰ ਨਹੀਂ ਆਈ ਤਾਂ ਫਿਰ ਹੁਣ ਕੋਈ ਗੱਲਬਾਤ ਵਾਸਤੇ ਨਵਾਂ ਸੱਦਾ ਆਇਆ ਕਿਉਂਕਿ ਤਿੰਨ ਚਾਰ ਗੇਟ ਦੀ ਮੀਟਿੰਗ ਹੋ ਗਈ ਉਹ ਕੋਈ ਹੁਣ ਅੱਗੇ ਮੀਟਿੰਗ ਹੋਣ ਜਾ ਰਹੀ ਹੈ ਦੇਖੋ ਹਜੇ ਤੱਕ ਸਾਨੂੰ ਕੋਈ ਸੱਦਾ ਨਹੀਂ ਹੈ ਕਿਉਂਕਿ ਸੱਦਾ ਤਾਂ ਤਾਂ ਆਉਂਦਾ ਹੁੰਦਾ ਹੈ ਜਦੋਂ ਕੋਈ ਗੱਲ ਅੱਗੇ ਚੱਲੇਗੀ ਹਜੇ ਤੱਕ ਕੋਈ ਸੱਦਾ ਨਹੀਂ ਅਸੀਂ ਇਹਨਾਂ ਦੀ ਪ੍ਰਪੋਜ਼ਲ ਨੂੰ ਰਿਜੈਕਟ ਕੀਤਾ ਅੱਗੇ ਸਰਕਾਰ ਦੇਖਦੇ ਆ ਕੀ ਕਰਦੀ ਹੈ ਗਲਗਲਦਾ ਸਮਾਂ ਜੇ ਤੁਹਾਨੂੰ ਕੱਲ ਸ਼ਾਮ ਤੱਕ ਜਾਂ ਮੰਨ ਲਓ ਕਿ 21 ਤਰੀਕ ਵਾਸਤੇ ਵੀ ਕਿਉਂਕਿ ਤੁਸੀਂ 21 ਤਰੀਕ ਦੀ ਕਾਲ ਦਿੱਤੀ ਹੋਈ ਅੱਗੇ ਜਾਣ ਵਾਸਤੇ ਫਿਰਦਲੇ 21 ਤਰੀਕ 21 ਤਰੀਕ ਕਾਲ ਦਿੱਤੀ ਹੈ ਸਾਡੀ ਤਾਂ ਜੇਕਰ ਸਰਕਾਰ ਕੋਲ ਹੈਗਾ ਸਮਾਂ ਕੱਲ ਨੂੰ ਬੈਠ ਕੇ ਗੱਲ ਕਰਕੇ ਮਸਲੇ ਦਾ ਦੇਖੋ ਸਾਨੂੰ ਵਿਕਰਮ ਜੀ ਮੀਟਿੰਗ ਤੇ ਕਰਨ ਦਾ ਸ਼ੌਂਕ ਨਹੀਂ ਹੈ ਸਾਡੀਆਂ ਮੰਗਾਂ ਨੇ ਸਰਕਾਰ ਦੇ ਟੇਬਲ ਤੇ ਜਾ ਚੁੱਕੀਆਂ ਨੇ ਇੱਕ ਵਾਰੀ ਨਹੀਂ ਗਈਆਂ ਬਹੁਤ ਲੰਬੇ ਸਮੇਂ ਤੋਂ ਜਾ ਰਹੀਆਂ ਨੇ ਇਹਨਾਂ ਦੇ ਉੱਤੇ ਸਰਕਾਰ ਅਨਾਉਂਸਮੈਂਟ ਕਰੇ ਬਸ ਕੱਲ ਮਸਲਾ ਹੱਲ ਹੋ ਜਾਣਾ ਹੈ ਪਰ ਜਿਸ ਤਰੀਕੇ ਨਾਲ ਜੇ ਕੱਲ ਦਾ ਦਿਨ ਹੈ ਔਰ ਪਰਸੋਂ ਦਾ ਦਿਨ ਪਰਸੋਂ ਤੁਸੀਂ 11 ਵਜੇ ਦਾ ਸਮਾਂ ਦਿੱਤਾ ਹੋਇਆ ਜੇ ਕਹਿੰਦੇ ਕਿ ਪਰਸੋਂ ਸ਼ਾਮ ਨੂੰ 7 ਵਜੇ ਮੀਟਿੰਗ ਆ ਜਾਂਦੀ ਹੈ ਫਿਰ ਫਿਰ ਕੀ ਡਿਸੀਜਨ ਰਹੇਗਾ ਅਸੀਂ ਆਪਸ ਵਿੱਚ ਮੈਂ ਇਕੱਲਾ ਨਹੀਂ ਨਾ ਤੇ ਕੋਈ ਫੈਸਲਾ ਲੈ ਸਕਦਾ ਇਹਦੇ ਤੇ ਅਸੀਂ ਵਿਚਾਰ ਕਰਾਂਗੇ ਚਰਚਾ ਕਰਾਂਗੇ ਚਰਚਾ ਕਰਨ ਤੋਂ ਬਾਅਦ ਅਗਲਾ ਫੈਸਲਾ ਫਿਰ ਲਵਾਂਗੇ ਠੀਕ ਹੈ ਥੈਂਕ ਯੂ ਤਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਸਰ ਨਾਲ ਸੀਗੇ ਔਰ ਕਹਿੰਦੇ ਕਿ ਕੱਲ ਕੱਲ ਦਾ ਦਿਨ ਆ ਪਰਸੋਂ 21 ਤਰੀਕ 11 ਵਜੇ ਦੀ ਕਾਲ ਦਿੱਤੀ ਹੋਈ ਆ ਕਿਸਾਨ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਕਹਿੰਦੇ ਕਿ ਅਸੀਂ ਫਿਰ ਦਿੱਲੀ ਕੂਚ ਦਾ ਪ੍ਰੋਗਰਾਮ ਜਿਹੜਾ ਰੱਖਿਆ ਉਹ ਕਾਇਮ ਰਹੇਗਾ ਕਿਉਂਕਿ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਹੜੀ ਗੱਲ ਤਾਂ ਮੰਤਰੀਆਂ ਨੇ ਸਾਡੇ ਨਾਲ ਮੀਟਿੰਗ ਦੇ ਵਿੱਚ ਕੀਤੀ ਹੈ ਬਾਹਰ ਜਦੋਂ ਪ੍ਰੈਸ ਨੂੰ ਬਿਆਨ ਦਿੱਤਾ ਤਾਂ ਉਹ ਗੱਲਾਂ ਦੇ ਵਿੱਚ ਫਰਕ ਸੀਗਾ ਉਸ ਤੋਂ ਬਾਅਦ ਕਹਿੰਦੇ ਕਿ ਜਿਹੜਾ ਸਾਨੂੰ ਪ੍ਰਪੋਜ਼ਲ ਦਿੱਤਾ ਸੀ ਉਹ ਸੀ ਖੋਖਿਆ ਉਸ ਨੂੰ ਕਿਸਾਨ ਜਥੇਬੰਦੀਆਂ ਨੇ ਰਿਜੈਕਟ ਕਰ ਦਿੱਤਾ ਔਰ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਮੀਟਿੰਗ ਵਾਸਤੇ ਕੋਈ ਕੇਂਦਰ ਸਰਕਾਰ ਦੀ ਕਾਲ ਆਉਂਦੀ ਹੈ ਕਿ ਨਹੀਂ ਕਿਉਂਕਿ ਪੰਜਾਬ ਦੇ ਵਕ ਵਕ ਪੋਲਿਟਿਸ਼ੀਅਨਸ ਵੀ ਲੱਗੇ ਹੋਏ ਆ ਬੀਜੇਪੀ ਦੇ ਲੀਡਰਸ ਖਾਸ ਤੌਰ ਤੇ ਕਿਉਂਕਿ ਬੀਜੇਪੀ ਦਾ ਨੇਤਾ ਵਿਰੋਧ ਜਿਸ ਤਰੀਕੇ ਦੇ ਨਾਲ ਹੋ ਰਿਹਾ ਔਰ ਉੱਥੇ ਹੀ ਉਗਰਾਹ ਜਥੇਬੰਦੀ ਦੇ ਵੱਲੋਂ ਵੀ ਘੇਰੇ ਘਰ ਬੀਜੇਪੀ ਆਗੂਆਂ ਦੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੂ ਪੰਜਾਬ ਟੀਵੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਮੈਂ ਪ੍ਰਧਾਨ ਮੰਤਰੀ ਮੋ ਲੀਡਰ ਵੀ ਕਹਿੰਦੇ ਕਹਿੰਦੇ ਕਿ ਇਸ ਮਸਲੇ ਦਾ ਹੱਲ ਨਿਕਲੇ ਜੇ ਮਰਜ਼ੀ ਨਿਕਲੇ ਪਰ ਕਿਸਾਨ ਲੀਡਰ ਵੀ ਚਾਹੁੰਦੇ ਆ ਕਿਸਾਨ ਵੀ ਚਾਹੁੰਦੇ ਆ ਕਿ ਮਸਲੇ ਦਾ ਹੱਲ ਨਿਕਲੇ ਨਹੀਂ ਤਾਂ ਕਿਸੇ ਦਾ ਜੀ ਨਹੀਂ ਕਰ ਰਿਹਾ ਕਿ ਇੱਥੇ ਆ ਕੇ ਸੜਕਾਂ ਤੇ ਬੈਠਣ ਕਿਸਾਨ ਕਹਿੰਦੇ ਆ ਕਿ ਅਸੀਂ ਨਹੀਂ ਤਾਂ ਫਿਰ ਪਰਸੋਂ ਦੀ ਕਾਲ ਦਿੱਤੀ ਆ ਪਰਸੋਂ ਅਸੀਂ ਦਿੱਲੀ ਕੁਝ ਕਰਾਂਗੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ ਬਰਦ